ਹਾਂਜੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਨੈਸ਼ਨਲ ਸੰਬੰਧਤ ਸਾਇੰਸ ਵਿਸ਼ੇ ਦੇ ਕੁਝ ਮਲਟੀਪਲ ਚੁਆਇਸ ਕੁਐਸਚਨ ਜਿਹੜੇ ਕਿ ਇੱਕ ਕੁਇਜ਼ ਦੇ ਰੂਪ ਦੇ ਵਿੱਚ ਨੇ ਅੱਜ ਆਪਾਂ ਇਹਨਾਂ ਮਲਟੀਪਲ ਚੁਆਇਸ ਕੁਐਸਚਨ ਨੂੰ ਸੋਲਵ ਕਰਾਂਗੇ ਤਾਂ ਬੱਚੇ ਦੇਖੋ ਪਹਿਲਾ ਕੁਐਸਚਨ ਥਰਮਾਮੀਟਰ ਵਿੱਚ ਇੱਕ ਧਾਤ ਭਰੀ ਹੁੰਦੀ ਹੈ ਜੋ ਕਮਰੇ ਦੇ ਤਾਪਮਾਨ ਤੇ ਦਰਵ ਅਵਸਥਾ ਵਿੱਚ ਮਿਲਦੀ ਹੈ ਇਸ ਧਾਤ ਦਾ ਨਾਂ ਕੀ ਹੈ ਹਾਂਜੀ ਬੱਚਿਓ ਕਿਹੜੀ ਧਾਤ ਹੈ ਜਿਹੜੀ ਥਰਮਾਮੀਟਰ ਦੇ ਵਿੱਚ ਭਰੀ ਹੁੰਦੀ ਹੈ ਤੇ ਕਮਰੇ ਦੇ ਤਾਪਮਾਨ ਤੇ ਸਾਨੂੰ ਦਰਵ ਅਵਸਥਾ ਦੇ ਵਿੱਚ ਮਿਲਦੀ ਹੈ ਤਾਂ ਉਹ ਕਿਹੜੀ ਧਾਤ ਹੈ ਬੱਚੇ ਉਹ ਹੈ ਮਰਕਰੀ ਇਸ ਨੂੰ ਅਸੀਂ ਪੰਜਾਬੀ ਦੇ ਵਿੱਚ ਪਾਰਾ ਵੀ ਕਹਿੰਦੇ ਆ ਤਾਂ ਸਹੀ ਜਵਾਬ ਹੈ ਮਰਕਰੀ ਹਾਂਜੀ ਅਗਲਾ ਕੁਐਸਚਨ ਦੇਖੋ ਚੇਚਕ ਦੀ ਰੋਕਥਾਮ ਲਈ ਟੀਕੇ ਦੀ ਖੋਜ ਕਿਸ ਨੇ ਕੀਤੀ ਹਾਂਜੀ ਚੇਚਕ ਦੀ ਰੋਕਥਾਮ ਲਈ ਟੀਕੇ ਦੀ ਖੋਜ ਕਿਸ ਨੇ ਕੀਤੀ ਸੀ ਤਾਂ ਬੱਚੇ ਇਸ ਦਾ ਸਹੀ ਜਵਾਬ ਹੈ ਐਡਵਰਡ ਜੈਨਰ ਹਾਂਜੀ ਅਗਲਾ ਕੁਐਸਚਨ ਦੇਖੋ ਰਬੀ ਦੀਆਂ ਫਸਲਾਂ ਕਿਹੜੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਨੇ ਹਾਂਜੀ ਰਬੀ ਦੀਆਂ ਫਸਲਾਂ ਕਿਹੜੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਨੇ ਇਹਦਾ ਸਹੀ ਜਵਾਬ ਹੈ ਸਰਦੀ ਦੀ ਰੁੱਤ ਵਿੱਚ ਹਾਂਜੀ ਅਗਲਾ ਕੁਐਸਚਨ ਦੇਖੋ ਅਧਿਆਪਕ ਨੇ ਦੱਸਿਆ ਕਿ ਜਦ ਛੋਟੀਆਂ-ਛੋਟੀਆਂ ਇਕਾਈਆਂ ਆਪਸ ਵਿੱਚ ਬੰਧਨ ਬਣਾਉਂਦੀਆਂ ਹਨ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਜਦ ਛੋਟੀਆਂ-ਛੋਟੀਆਂ ਇਕਾਈਆਂ ਆਪਸ ਵਿੱਚ ਬੰਧਨ ਬਣਾਉਂਦੀਆਂ ਹਨ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਬੱਚੇ ਇਸ ਦਾ ਸਹੀ ਜਵਾਬ ਹੈ ਬੌਹਲਕ ਜਾਂ ਪੋਲੀਮਰ ਹਾਂਜੀ ਅਗਲਾ ਕੁਐਸਚਨ ਦੇਖੋ ਖੰਡ ਦੇ ਅਲਕੋਹਲ ਵਿੱਚ ਬਦਲਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ ਹਾਂਜੀ ਖੰਡ ਦੇ ਅਲਕੋਹਲ ਵਿੱਚ ਬਦਲਣ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਬੱਚੇ ਖਮੀਰਨ ਕਿਰਿਆ ਜਾਂ ਫਰਮੈਂਟੇਸ਼ਨ ਹਾਂਜੀ ਅਗਲਾ ਕੁਐਸਚਨ ਦੇਖੋ ਮੈਗਨੀਸ਼ੀਅਮ ਆਕਸਾਈਡ ਮੈਗਨੀਸ਼ੀਅਮ ਰਿਬਨ ਨੂੰ ਹਵਾ ਵਿੱਚ ਜਲਾ ਕੇ ਪ੍ਰਾਪਤ ਹੁੰਦਾ ਹੈ ਇਸ ਦਾ ਸੁਭਾ ਕਿਹੋ ਜਿਆ ਹੁੰਦਾ ਹੈ ਤਾਂ ਬੱਚੇ ম্যাগਨੀਸ਼ੀਅਮ ਆਕਸਾਈਡ ਦਾ ਸੁਭਾਅ ਕਿਹਾ ਜਾਂਦਾ ਹੈ ਖਾਰੀ ਜਾਂ ਬੇਸਿਕ ਹਾਂਜੀ ਅਗਲਾ ਕੁਐਸਚਨ ਦੇਖੋ ਪੀ ਸੀ ਆਰ ਏ ਦਾ ਅਰਥ ਹੈ ਹਾਂਜੀ ਪੀ ਸੀ ਆਰ ਏ ਦਾ ਅਰਥ ਕੀ ਹੈ ਜਾਂ ਪੀ ਸੀ ਆਰ ਏ ਦੀ ਫੁੱਲ ਫਾਰਮ ਕੀ ਹੈ ਪੈਟਰੋਲੀਅਮ ਕਨਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ ਜਾਂ ਪੈਟਰੋਲੀਅਮ ਸੁਰੱਖਣ ਖੋਜ ਸਮਿਤੀ ਹਾਂਜੀ ਅਗਲਾ ਕੁਐਸਚਨ ਦੇਖੋ ਚਿੱਤਰ ਵਿੱਚ ਦਿਖਾਈ ਗਈ ਰਸਾਇਣਿਕ ਕਿਰਿਆ ਦਾ ਨਾਮ ਦੱਸੋ ਹਾਂਜੀ ਇਸ ਚਿੱਤਰ ਦੇ ਵਿੱਚ ਜਿਹੜੀ ਰਸਾਇਣਿਕ ਕਿਰਿਆ ਦਿਖਾਈ ਗਈ ਹੈ ਤਾਂ ਇਸ ਰਸਾਇਣਿਕ ਕਿਰਿਆ ਦਾ ਨਾਮ ਕੀ ਹੈ ਬੱਚੇ ਤਾਂ ਇਸ ਕਿਰਿਆ ਦੇ ਵਿੱਚ ਕੀ ਹੋ ਰਿਹਾ ਹੈਗਾ ਇਹ ਹੈ ਵਿਸਥਾਪਨ ਕਿਰਿਆ ਜਾਂ ਡਿਸਪਲੇਸਮੈਂਟ ਰਿਐਕਸ਼ਨ ਹਾਂਜੀ ਅਗਲਾ ਕੁਐਸਚਨ ਦੇਖੋ ਉਹ ਰੇਸ਼ਾ ਕਿਹੜਾ ਹੈ ਜਿਸ ਦੇ ਗੁਣ ਰੇਸ਼ਮ ਵਰਗੇ ਹੁੰਦੇ ਹਨ ਹਾਂਜੀ ਉਹ ਕਿਹੜਾ ਰੇਸ਼ਾ ਹੈਗਾ ਜਿਸ ਦੇ ਰੇਸ਼ਮ ਵਰਗੇ ਗੁਣ ਹੁੰਦੇ ਨੇ ਤੇਰਾ ਸਹੀ ਜਵਾਬਾ ਬੱਚੇ ਰਿਯਾਨ ਹਾਂਜੀ ਅਗਲਾ ਕੁਐਸਚਨ ਦੇਖੋ ਕੁਲਵਿੰਦਰ ਨੇ ਆਪਣੀ ਮਾਤਾ ਜੀ ਨੂੰ ਕਣਕ ਨਾਲ ਭਰੇ ਧਾਤ ਦੇ ਬਰਤਨ ਵਿੱਚ ਨਿੰਮ ਦੇ ਸੁੱਕੇ ਪੱਤੇ ਪਾਉਂਦੇ ਦੇਖਿਆ ਕੁਲਵਿੰਦਰ ਕੌਰ ਦੀ ਮਾਤਾ ਜੀ ਨੇ ਅਜਿਹਾ ਕਿਉਂ ਕੀਤਾ ਹਾਂਜੀ ਕੁਲਵਿੰਦਰ ਕੌਰ ਦੀ ਮਾਤਾ ਜੀ ਨੇ ਅਜਿਹਾ ਕਿਉਂ ਕੀਤਾ ਬੱਚੇ ਤਾਂ ਕਿ ਕਣਕ ਜਿਹੜੀ ਇਹ ਸੂਖਮ ਜੀਵਾ ਤੋਂ ਸੁਰੱਖਿਤ ਰਹੇ ਹਾਂਜੀ ਬੱਚੇ ਅਗਲਾ ਕੁਐਸਚਨ ਦੇਖੋ ਸਵੇਰ ਵੇਲੇ ਤ੍ਰੇਲ ਦੀਆਂ ਬੂੰਦਾਂ ਜਲ ਚੱਕਰ ਦੇ ਕਿਸ ਭਾਗ ਦੀ ਉਦਾਹਰਣ ਹੁੰਦੀਆਂ ਹਨ ਤਾਂ ਬੱਚੇ ਇਹਦਾ ਸਹੀ ਜਵਾਬ ਹੈ ਸੰਗਣਨ ਜਾਂ ਕੰਡੈਂਸੇਸ਼ਨ ਹਾਂਜੀ ਅਗਲਾ ਕੁਐਸਚਨ ਦੇਖੋ ਜੋ ਦਹੀਂ ਅਸੀਂ ਖਾਂਦੇ ਹਾਂ ਉਸ ਵਿੱਚ ਬਹੁਤ ਸਾਰੇ ਜੀਵਾਣੂ ਹੁੰਦੇ ਹਨ ਉਹ ਕਿਹੜਾ ਜੀਵਾਣੂ ਹੈ ਜੋ ਦੁੱਧ ਤੋਂ ਦਹੀਂ ਬਣਾਉਣ ਵਿੱਚ ਮਦਦ ਕਰਦਾ ਹੈ ਤੇ ਇਹਦਾ ਸਹੀ ਜਵਾਬ ਹੈ ਲੈਕਟੋਬੈਸਿਲਸ ਹਾਂਜੀ ਅਗਲਾ ਕੁਐਸਚਨ ਦੇਖੋ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੇ ਵਾਪਰਨ ਲਈ ਕਿਸ ਕਿਸਮ ਦੀ ਊਰਜਾ ਦੀ ਲੋੜ ਪੈਂਦੀ ਹੈ ਹਾਂਜੀ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੇ ਵਾਪਰਨ ਲਈ ਕਿਸ ਕਿਸਮ ਦੀ ਊਰਜਾ ਦੀ ਲੋੜ ਪੈਂਦੀ ਹੈ? ਪ੍ਰਕਾਸ਼ ਊਰਜਾ ਜਾਂ ਲਾਈਟ ਐਨਰਜੀ। ਹਾਂਜੀ ਅਗਲਾ ਕੁਐਸਚਨ ਦੇਖੋ। ਜੂਟ ਦੇ ਰੇਸ਼ੇ ਜੂਟ ਦੇ ਪੌਦੇ ਦੇ ਕਿਸ ਭਾਗ ਤੋਂ ਪ੍ਰਾਪਤ ਕੀਤੇ ਜਾਂਦੇ ਹਨ? ਹਾਂਜੀ ਜੂਟ ਦੇ ਰੇਸ਼ੇ ਜੂਟ ਦੇ ਪੌਦੇ ਦੇ ਕਿਸ ਭਾਗ ਤੋਂ ਪ੍ਰਾਪਤ ਕੀਤੇ ਜਾਂਦੇ ਹਨ? ਇਹਦਾ ਸਹੀ ਜਵਾਬ ਹੈ ਤਣਾ ਜਾਂ ਸਟੈਮ। ਹਾਂਜੀ ਅਗਲਾ ਕੁਐਸਚਨ ਦੇਖੋ ਜੇਕਰ ਕੋਈ ਵਸਤੂ 7 ਮੀਟਰ ਦੇ ਅਰਧ ਵਿਆਸ ਵਾਲੇ ਗੋਲ ਚੱਕਰ ਦੀ ਪੂਰੀ ਪਰਿਕਰਮਾ ਕਰਦੀ ਹੈ ਤਾਂ ਕੁੱਲ ਵਿਸਥਾਪਨ ਕਿੰਨਾ ਹੋਵੇਗਾ ਹਾਂਜੀ ਕੋਈ ਵਸਤੂ ਜਿਹੜੀ 7 ਮੀਟਰ ਦੇ ਅਰਧ ਵਿਆਸ ਵਾਲੇ ਗੋਲੇ ਗੋਲ ਚੱਕਰ ਦੀ ਪੂਰੀ ਪਰਿਕਰਮਾ ਕਰਦੀ ਹੈ ਤਾਂ ਕੁੱਲ ਵਿਸਥਾਪਨ ਕਿੰਨਾ ਹੋਵੇਗਾ 0 ਕਿਉਂਕਿ ਵਿਸਥਾਪਨ ਕੀ ਹੁੰਦਾ ਬੱਚੇ ਛੋਟੀ ਤੋਂ ਛੋਟੀ ਦੂਰੀ ਵਸਤੂ ਦੀ ਆਰੰਭਿਕ ਸਥਿਤੀ ਤੋਂ ਜਿੱਥੇ ਵਸਤੂ ਨੇ ਪਹੁੰਚਣਾ ਹੈ ਉਥੇ ਤੱਕ ਦੀ ਜਿਹੜੀ ਛੋਟੀ ਤੋਂ ਛੋਟੀ ਦੂਰੀ ਹੁੰਦੀ ਹੈ ਉਸ ਨੂੰ ਵਿਸਥਾਪਨ ਕਿਹਾ ਜਾਂਦਾ ਹੈ ਤਾਂ ਇਸ ਲਈ ਇੱਥੇ ਵਿਸਥਾਪਨ ਕੁੱਲ ਵਿਸਥਾਪਨ ਕਿੰਨਾ ਹੋਏਗਾ 0 ਚਿੱਤਰ ਵਿੱਚ ਦਿਖਾਈ ਗਏ ਰਸਾਇਣਿਕ ਕਿਰਿਆ ਦਾ ਨਾਮ ਅਤੇ ਕਿਰਿਆ ਦੌਰਾਨ ਬਣੇ अवਖੇਪ ਦਾ ਰੰਗ ਦੱਸੋ ਹਾਂਜੀ ਇਸ ਕਿਰਿਆ ਦਾ ਕੀ ਨਾਮ ਹੈ ਦੋਹਰਾ ਵਿਸਥਾਪਨ ਕਿਰਿਆ ਕਿਉਂਕਿ ਇਹਦੇ ਵਿੱਚ ਲੈਡ ਨਾਈਟਰ ਤੇ ਪੋਟਾਸ਼ੀਅਮ ਆਇਓਡਾਈਡ ਨੂੰ ਮਿਲਾਇਆ ਜਾ ਰਿਹਾ ਹੈ ਤਾਂ ਕਿਸ ਕਿਰਿਆ ਦੀ ਉਦਾਹਰਣ ਹੈ ਦੋਹਰਾ ਵਿਸਥਾਪਨ ਕਿਰਿਆ ਤੇ ਇਸ ਦੇ ਵਿੱਚ ਰੰਗ ਕਿਹੜਾ ਬਣੇਗਾ ਬੱਚੇ ਰੰਗ ਹੋਏਗਾ ਪੀੜਾ ਤੇ ਕਿਰਿਆ ਕਿਹੜੀ ਹੈ ਇਹ ਦੋਹਰਾ ਵਿਸਥਾਪਨ ਕਿਰਿਆ ਅੱਗੇ ਦੇਖੋ ਕੇਲੇ ਦੇ ਪੌਦੇ ਦਾ ਕਿਹੜਾ ਭਾਗ ਖਾਣ ਵਜੋਂ ਨਹੀਂ ਵਰਤਿਆ ਜਾਂਦਾ ਤਾਂ ਕੇਲੇ ਦੇ ਪੌਦੇ ਦਾ ਕਿਹੜਾ ਭਾਗ ਹੈ ਜਿਹੜਾ ਖਾਣ ਵਜੋਂ ਨਹੀਂ ਵਰਤਿਆ ਜਾਂਦਾ ਉਹ ਹੈ ਜੜ ਅੱਜ ਕਲਾਸ ਵਿੱਚ ਪੜ੍ਹਾਈ ਦੌਰਾਨ ਮੰਦੀਪ ਨੂੰ ਪਤਾ ਲੱਗਾ ਕਿ ਇੱਕ ਅਜਿਹਾ ਪਲਾਸਟਿਕ ਹੈ ਜੋ ਗਰਮ ਕਰਨ ਤੇ ਆਪਣਾ ਰੂਪ ਬਦਲ ਲੈਂਦਾ ਹੈ ਉਸ ਪਦਾਰਥ ਨੂੰ ਕੀ ਕਹਿੰਦੇ ਹਨ ਹਾਂਜੀ ਉਸ ਪਦਾਰਥ ਨੂੰ ਕੀ ਕਿਹਾ ਜਾਂਦਾ ਹੈਗਾ ਥਰਮੋਪਲਾਸਟਿਕ ਹਾਂਜੀ ਅੱਗੇ ਦੇਖੋ ਹੀਟਾਂ ਦਿਖਾਈ ਕਿਰਿਆ ਵਿੱਚ ਵਰਤੇ ਜਾਣ ਵਾਲੇ ਰਸਾਇਣ ਦਾ ਨਾਮ ਦੱਸੋ ਹਾਂਜੀ ਇਸ ਕਿਰਿਆ ਦੇ ਵਿੱਚ ਕਿਹੜਾ ਰਸਾਇਣ ਵਰਤਿਆ ਜਾਂਦਾ ਹੈ ਸੋਡੀਅਮ ਥਾਇਓਸਲਫੇਟ ਹਾਂਜੀ ਹੀਟ ਲਿਖੇ ਵਿੱਚੋਂ ਕਿਹੜਾ ਯੰਤਰ ਵਾਹਨ ਦੁਆਰਾ ਤੈਅ ਕੀਤੀ ਦੂਰੀ ਮਾਪਣ ਲਈ ਵਰਤਿਆ ਜਾਂਦਾ ਹੈ ਹਾਂਜੀ ਉਹ ਕਿਹੜਾ ਯੰਤਰ ਹੈ ਜਿਹੜਾ ਵਾਹਨ ਦੁਆਰਾ ਤੈਅ ਕੀਤੀ ਗਈ ਦੂਰੀ ਮਾਪਣ ਲਈ ਵਰਤਿਆ ਜਾਂਦਾ ਹੈ ਉਹ ਹੈ ਓਡੋਮੀਟਰ ਹਾਂਜੀ ਬੱਚੇ ਅਗਲਾ ਕੁਐਸਚਨ ਦੇਖੋ ਸੈੱਲ ਦੀ ਖੋਜ ਕਿਸ ਵਿਗਿਆਨੀ ਨੇ ਕੀਤੀ ਹਾਂਜੀ ਸੈੱਲ ਦੀ ਖੋਜ ਕਿਸ ਵਿਗਿਆਨੀ ਨੇ ਕੀਤੀ ਰੌਬਰਟ ਹੁੱਕ ਹਾਂਜੀ ਅਗਲਾ ਕੁਐਸਚਨ ਦੇਖੋ ਟੈਰੀਲਿਨ ਕਿਸ ਦੀ ਉਦਾਹਰਨ ਹੈ ਹਾਂਜੀ ਟੈਰੀਲਿਨ ਕਿਸ ਦੀ ਉਦਾਹਰਨ ਹੈ ਬੱਚੇ ਇਹ ਉਦਾਹਰਨ ਹੈ ਪੋਲੀਐਸਟਰ ਦੀ ਹਾਂਜੀ ਅਗਲਾ ਕੁਐਸਚਨ ਅਧਾਤਾਂ ਦੇ ਆਕਸਾਈਡ ਸੁਭਾਅ ਵਿੱਚ ਕੀ ਹੁੰਦੇ ਹਨ ਹਾਂਜੀ ਅਧਾਤਾਂ ਦੇ ਆਕਸਾਈਡ ਸੁਭਾਅ ਵਿੱਚ ਕੀ ਹੁੰਦੇ ਨੇ ਤੇਜਾਬੀ ਹਾਂਜੀ ਅਗਲਾ ਕੁਐਸਚਨ ਦੇਖੋ ਐਸਟਰੋਇਡ ਬੈਲਟ ਕਿਹੜੇ ਦੋ ਗ੍ਰਹਿਾਂ ਵਿਚਕਾਰ ਸਥਿਤ ਹੈ ਹਾਂਜੀ ਐਸਟਰੋਇਡ ਬੈਲਟ ਕਿਹੜੇ ਦੋ ਗ੍ਰਹਿਾਂ ਵਿਚਕਾਰ ਸਥਿਤ ਹੈ ਤਾਂ ਬੱਚੇ ਇਸ ਦਾ ਸਹੀ ਜਵਾਬ ਹੈ ਬ੍ਰਹਸਪਤੀ ਅਤੇ ਮੰਗਲ ਜੁਪੀਟਰ ਐਂਡ ਮਾਰਸ ਹਾਂਜੀ ਅਗਲਾ ਕੁਐਸਚਨ ਦੇਖੋ ਹੇਠ ਲਿਖਿਆਂ ਵਿੱਚੋਂ ਡੇਂਗੂ ਵਿਸ਼ਾਣੂ ਦੇ ਵਾਹਕ ਦਾ ਕੰਮ ਕੌਣ ਕਰਦਾ ਹੈ ਹਾਂਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਹੈਗਾ ਜਿਹੜਾ ਡੇਂਗੂ ਦੇ ਵਿਸ਼ਾਣੂ ਦੇ ਵਾਹਕ ਵਜੋਂ ਕੰਮ ਕਰਦਾ ਹੈ ਤਾਂ ਇਸ ਦਾ ਸਹੀ ਜਵਾਬ ਹੈ ਮਾਦਾ ਏਡੀਜ਼ ਮੱਛਰ ਹਾਂਜੀ ਅਗਲਾ ਕੁਐਸਚਨ ਦੇਖੋ ਸੈੱਲ ਦੇ ਕੇਂਦਰਕ ਵਿੱਚ ਤਾਗੇ ਵਰਗੀਆਂ ਸਰਜਨਾਵਾ ਕੀ ਅਖਵਾਉਂਦੀਆਂ ਹਨ ਹਾਂਜੀ ਇਹਦਾ ਸਹੀ ਜਵਾਬ ਹੈ ਗੁਣਸੂਤਰ ਹੀ ਲਿਖੇ ਗ੍ਰਹਿਾਂ ਵਿੱਚੋਂ ਕਿਸ ਦਾ ਚੰਨ ਨਹੀਂ ਹੈ ਹਾਂਜੀ ਇਹਨਾਂ ਚੋਂ ਕਿਹੜੇ ਗ੍ਰਹਿ ਦਾ ਚੰਨ ਨਹੀਂ ਹੈ ਤੇ ਇਹਦਾ ਸਹੀ ਜਵਾਬ ਹੈ ਸ਼ੁੱਕਰ ਐਲ ਪੀ ਜੀ ਇੱਕ ਰੰਗਹੀਣ ਅਤੇ ਗੰਧਹੀਣ ਗੈਸ ਹੈ ਪਰੰਤੂ ਜਦੋਂ ਕਦੇ ਇਹ ਸਿਲੰਡਰ ਵਿੱਚੋਂ ਲੀਕ ਹੋ ਜਾਂਦੀ ਹੈ ਤਾਂ ਬਹੁਤ ਤਿੱਖੀ ਗੰਧ ਆਉਂਦੀ ਹੈ ਇਸ ਤਿੱਖੀ ਗੰਧ ਦੀ ਜ਼ਿੰਮੇਵਾਰ ਰਸਾਇਣ ਦਾ ਨਾਮ ਦੱਸੋ ਹਾਂਜੀ ਉਹ ਕਿਹੜਾ ਰਸਾਇਣ ਹੈ ਜਿਹੜਾ ਤਿੱਖੀ ਗੰਧ ਲਈ ਜ਼ਿੰਮੇਵਾਰ ਹੈ ਜੋ ਐਲਪੀਜੀ ਦੇ ਵਿੱਚ ਮਿਲਾਇਆ ਜਾਂਦਾ ਹੈ ਉਹ ਹੈ ਇਥਾਈਲ ਮਰਕੈਪਟਨ ਧਰਤੀ ਆਪਣੇ ਧੁਰੇ ਦੁਆਲੇ ਕਿਸ ਦਿਸ਼ਾ ਵਿੱਚ ਗਤੀ ਕਰਦੀ ਹੈ ਹਾਂਜੀ ਧਰਤੀ ਆਪਣੇ ਧੁਰੇ ਦੁਆਲੇ ਕਿਸ ਦਿਸ਼ਾ ਵਿੱਚ ਗਤੀ ਕਰਦੀ ਹੈ ਤਾਂ ਇਹਦਾ ਸਹੀ ਜਵਾਬ ਹੈ ਪਛਮ ਤੋਂ ਪੂਰਬ ਵੱਲ ਹਾਂਜੀ ਅਗਲਾ ਕੁਐਸਚਨ ਦੇਖੋ ਇਸਰੋ ਦਾ ਪੂਰਾ ਨਾਮ ਕੀ ਹੈ ਹਾਂਜੀ ਇਸਰੋ ਦਾ ਪੂਰਾ ਨਾਮ ਕੀ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਤਾਂ ਬੱਚੇ ਇਹ ਸੀ ਕੁਝ ਮਲਟੀਪਲ ਚੁਆਇਸ ਕੁਐਸਚਨ ਜਿਹੜੇ ਆਪਾਂ ਨੈਸ ਦੀ ਤਿਆਰੀ ਦੇ ਲਈ ਅੱਜ ਕੀਤੇ ਨੇ ਤਾ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਮਲਟੀਪਲ ਚੁਆਇਸ ਕੁਐਸਚਨ ਲੈ ਕੇ ਆਵਾਂਗੇ ਤਾਂ ਕਿ ਆਪਣੀ ਨੈਸ ਦੀ ਤਿਆਰੀ ਜਿਹੜੀ ਉਹ ਚੰਗੀ ਤਰ੍ਹਾਂ ਹੋ ਸਕੇ ਤਾਂ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ